ईश्वर का द्वार, धर्म का द्वार, मोक्ष द्वार संकीर्ण है, सूक्ष्म है। ਜਿਹਨਾਂ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਰਿਹਾ ਨਾ, ਉਹ ਥੋੜ੍ਹੀ ਜਿਹੀ ਹਿਕਮਤ ਦਾ ਕੰਮ ਵੀ ਕਰਦੇ ਸਨ, ਵੈਦ ਵੀ ਸਨ, ਕੁਛ ਜੜੀ ਬੂਟੀਆਂ ਦਾ ਵੀ ਗਿਆਨ ਸਨ। ਚੰਗੀ ਤਰ੍ਹਾਂ ਯਾਦ ਹੈ ਮੈਨੂੰ ਕਹਿੰਦੇ ਸਨ ਕੁਛ ਸਿੱਖ ਲੈ ਤੂੰ ਵੀ, ਮੈਂ ਕਿਹਾ ਮੇਰਾ ਐਸੇ ਸ਼ੌਕ ਨਹੀਂ ਹੈ, ਗੁਰਬਾਣੀ ਵਿਆਕਰਨ ਪੜ੍ਹਨਾ। ਕਹਿਣ ਲੱਗੇ ਨਹੀਂ ਆਪਣੇ ਵਾਸਤੇ, ਕੋਈ ਹੋਰ ਮਜਬੂਰ ਆ ਜਾਂਦਾ ਹੈ। ਮੈਂ ਕਿਹਾ ਮੈਂ ਇਸੇ ਸਿਰ ਖਪਾਈ ਨਹੀਂ ਕਰਨਾ, ਉਹਦੇ ਸੰਖਿਆ ਵੀ ਮਿਲਾਉਣਾ ਪੈਂਦਾ ਸੀ, ਹੋਰ ਸੰਖਿਆ ਮਾਰਨਾ ਵੀ ਪੈਂਦਾ ਸੀ, ਰੱਤੀਆਂ ਮਾਰਨੀਆਂ ਪੈਂਦੀਆਂ, ਪਾਪ ਲੱਗੇ ਰਹਿੰਦੇ ਸਨ। ਮੈਂ ਕਿਹਾ ਇਹ ਜਮੇਲਾ ਮੇਰੇ ਕੋਲ ਨਹੀਂ ਆਉਂਦਾ, ਆਪਾਂ ਗੁਰਬਾਣੀ ਵਾਲੇ ਪਾਸੇ। ਹਕੀਮ ਸਨ, ਗੁਰਬਾਣੀ ਦੇ ਮਹਾਂ ਪੰਡਿਤ ਸਨ, ਪਰ ਵੈਦ ਵੀ ਸਨ, ਸ਼ੌਕ ਸੀ ਉਹਨਾਂ। ਪਰ ਮੈਂ ਦੇਖ ਕੇ ਹੈਰਾਨ ਹੋ ਜਾਂਦਾ ਸੀ, ਕਿਸੇ ਨੂੰ ਦਵਾਈ ਦਿੰਦੇ ਸਨ, ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ, ਕੋਰਾ ਹੀ ਨਾ, ਚਾਹੇ ਉਤਰਲੇ ਵੀ ਲਵੇ ਨਹੀਂ ਦਿੰਦੇ ਸਨ, ਕਿਉਂਕਿ ਦਿੰਦੇ ਫ੍ਰੀ ਸਨ, ਪਰ ਕਿਸੇ ਨੂੰ ਬਿਲਕੁਲ ਨਾ ਕਰ ਦਿੰਦੇ ਸਨ। ਮੇਰੇ ਕੋਲ ਰਹੀ ਨਹੀਂ ਗੱਲ, ਕਹਿ ਦਿੱਤਾ ਮੈਂ। ਸਮਝ ਨਹੀਂ ਆਈ ਤੁਸੀਂ ਕਿਉਂ ਵਿਤਕਰਾ ਰੱਖਦੇ ਹੋ, ਤੁਸੀਂ ਸੰਤ ਮਹਾਂਪੁਰਸ਼ ਭੇਦਭਾਵ ਰੱਖਦੇ ਹੋ, ਕਿਸੇ ਨੂੰ ਦਿੰਦੇ ਹੋ ਕਿਸੇ ਨੂੰ ਨਹੀਂ ਦਿੰਦੇ। ਉਹ ਵੀ ਵਿਚਾਰਾ ਆਇਆ, ਕਹਿੰਦਾ ਮੈਂ ਉਸ ਨੂੰ ਦਿੰਦਾ ਜਿਹੜਾ ਆਹਾਰਕ ਰੋਗੀ ਹੈ, ਵਿਵਹਾਰਕ ਰੋਗੀ ਹੈ, ਕਰਮ ਰੋਗੀ ਨੂੰ ਨਹੀਂ ਦਿੰਦਾ, ਮੇਰੀ ਦਵਾਈ ਨਾਲ ਨਹੀਂ ਠੀਕ ਹੋਇਆ, ਨਹੀਂ ਠੀਕ, ਤੂੰ ਨਹੀਂ ਸਮਝਦਾ। ਮੈਂ ਕਿਹਾ ਸਮਝ ਤੁਹਾਨੂੰ ਆ ਜਾਂਦੀ ਹੈ, ਕਰਮ ਰੋਗੀ ਕਹਿਣਾ, ਇਹ ਉਹਨਾਂ ਦੇ ਦੇਖਣ ਦਾ ਢੰਗ ਸੀ, ਉਹ ਉਹਨਾਂ ਦੀ ਸੋਚ ਸੀ, ਕੁਝ ਗਹਿਰੀ ਦ੍ਰਿਸ਼ ਸੀ, ਇਹ ਕਰਮ ਰੋਗ ਹੈ, ਨਹੀਂ ਠੀਕ ਹੋਏਗਾ, ਸੈਂਕੜੇ ਹਕੀਮਾਂ ਕੋਲ ਚਲਾ ਜਾਏ, ਸੈਂਕੜੇ ਡਾਕਟਰਾਂ ਕੋਲ ਚਲਾ ਜਾਏ। ਔਰ ਉਹਨਾਂ ਨੇ ਇਹ ਪੰਕਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮੈਨੂੰ ਸੁਣਾਈ, ਗਾਲਵਨ ਗੌੜੀ ਰਾਗ ਦੇ ਚ ਹੈ। ਅਸਾਧ ਰੋਗ ਉਪਜਿਓ ਤਨ ਭੀਤਰ, ਕਰਤ ਨਾ ਕਾਹੂ ਡਰ। ਐਸਾ ਅਸਾਧ ਰੋਗ ਪੈਦਾ ਹੋਇਆ, ਲੱਖ ਔਸ਼ਧੀਆਂ ਕਰ ਲੈ, ਲੱਖ ਵੈਦਾਂ ਕੋਲ ਚਲਾ ਜਾ, ਨਹੀਂ ਠੀਕ ਹੋਏਗਾ। ਫਿਰ ਮੈਂ ਆਪਣੀ ਜ਼ਿੰਦਗੀ 'ਚ ਦੇਖੇ ਨੇ, ਉਹ ਰੋਗੀ ਨਹੀਂ ਠੀਕ ਹੁੰਦਾ, ਲੱਖਾਂ ਜਹਾਂ 'ਤੇ ਟੱਕਰਾਂ ਮਾਰ ਦੇਣ, ਲੱਖਾਂ ਰੁਪਏ ਖਰਚ ਵੀ ਕਰ ਦੇਣ, ਨਹੀਂ ਠੀਕ ਹੁੰਦੇ। ਔਰ ਇਸ ਤਰ੍ਹਾਂ ਦੇ ਇੱਕ ਨਹੀਂ, ਬੇਸ਼ਤਰ ਮੇਰੇ ਸਾਹਮਣੇ ਨੇ, ਬਹੁਤਿਆਂ ਨੂੰ ਮੈਂ ਦੇਖਿਆ, ਬਹੁਤੇ ਨਿਕਟਵਰਤੀ ਸਨ। ਅਸਾਧ ਰੋਗ ਉਪਜਿਓ ਤਾਂ ਨਾ ਬਿਹਤਰ, ਟਰਤ ਨਾ ਕਾਹੂੰ ਟਰੇ। ਇਹ ਕਿਉਂ ਪੈਦਾ ਹੋ ਜਾਂਦਾ ਹੈ ਅਸਾਧ ਰੋਗ? ਕਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੁੱਖ। ਸੱਚ ਨੂੰ ਭੁਲਾਇਆ ਤਾਂ ਫਿਰ ਝੂਠ ਦੇ 'ਚ ਜਿਵਦਾ ਹੋਵੇਗਾ, ਗੁਣਾਂ ਦੇ ਸਾਗਰ ਨੂੰ ਭੁਲਾਇਆ ਹੈ ਤੇ ਔਗੁਣਾਂ ਦੇ 'ਚ ਜਿਵਦਾ ਹੋਵੇਗਾ। ਲੰਬੇ ਸਮੇਂ ਤੱਕ ਜਿਵਦਾ ਰਿਹਾ ਤਾਂ ਅਸਾਧ ਰੋਗ ਪੈਦਾ ਹੋ ਜਾਏਗਾ। ਇਹ ਵੀ ਮੈਂ ਅਰਜ਼ ਕਰ ਦੇਣਾ, ਐਵੇਂ ਨਹੀਂ ਕਹਿ ਦਿੱਤਾ ਗੁਰੂ ਅਰਜਨ ਦੇਵ ਜੀ ਨੇ 12 ਮਾਹ ਦੇ 'ਚ ਵੀ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ, ਬੇਸ਼ੁਮਾਰ ਰੋਗ ਪੈਦਾ ਹੋਣਗੇ, ਪਹਿਲੇ ਆਹਾਰਕ ਵਿਵਹਾਰਕ, ਫਿਰ ਕਿਸੇ ਦਿਨ ਕਰਮ ਰੋਗ ਪੈਦਾ ਹੋ ਜਾਵੇਗਾ, ਜਿਸ ਦਾ ਕੋਈ ਇਲਾਜ ਨਹੀਂ, ਕਤਈ ਇਲਾਜ ਨਹੀਂ, ਉਸ ਦੇ 'ਚ ਜੀਵਣਾ ਪਏਗਾ। ਤਾਂ ਮੈਂ ਅਰਜ਼ ਕਰਾਂ, ਹਰ ਪਾਸੇ ਮਨੁੱਖ ਦੀ ਸੁੱਖ ਦੀ ਤਲਾਸ਼ ਹੈ, ਅਸਾਧ ਰੋਗ ਦੇ 'ਚ ਫਸ ਗਿਆ,
फिर बंदा कहिंदा दिलों मौत ही आ जाए, यकीन जानो मैं सुने। मैनू तो एक ने कहा ज्ञानी जी अरदास करो दिल्ली दे, मैं की अरदास करिए, मौत आ जाए, इस रोग च मैं नहीं जीवना, सारी जिंदगी मैं इस रोग दे च नहीं जीवना। तन तो दुख मिल रहा है, पीड़ा मिल रही है रोज रोज, मनुख इस तन नू भी त्यागण की सोच लेंदा, कई खुदकशी भी कर लेंदे, आत्महत्या भी कर लेंदे, कर लेंदे सुसाइड भी कर लेंदे। हैरानगी, कोई मित्र दा त्यागी, कोई पुत्र दा त्यागी, कोई पत्नी दा त्यागी, कोई पति दा त्यागी, ये अपनी जिंदगी दा त्यागी। दरअसल दुख दा त्याग है। मैं फिर दोहरावां, मनुख नू मित्र नहीं चाहिदा, सुख चाहिदा। मनुख नू विराह नहीं चाहिदा, सुख चाहिदा। मनुख नू पत्नी नहीं चाहिदी, सुख चाहिदा। मनुख नू पति नहीं चाहिदा, सुख चाहिदा। मनुख नू जिंदगी भी नहीं चाहिदी, सुख चाहिदा। पीड़ा मिले, रोज रोज दुख मिले, यकीन जानो त्यागदियां देर नहीं लगेगी, दोस्ती दुश्मनी च बदल जाएगी, रिश्तियां च दराड़ पैदा हो जाएगी। और लगातार पीड़ा दे च रह रहे है ते आत्महत्या दी भी सोचेगा, भावें ना करे आत्महत्या दी भी सोचेगा। सारी दुनिया च लोकी खुदकशी कर देने, आत्महत्या कर देने। सुख दा मार्ग की है, कितों प्राप्त करिए, क्योंकि जिस जिस दिच असी सुख दी कल्पना करते हैं, इतों मिलेगा उतों मिलेगा, देखिया वो मिलते गया है पर सुख नहीं मिले। जिस दी औलाद नहीं, वो कहिंदा है एक पुत्र हो जाए मैं बड़ा आनंदित होवांगा, पर जिन्हां दे चार चार ने उन्हां नूं आनंद नहीं, तैनूं खाक आनंद मिलना, किहड़े चक्करां च पए तू? ख्याल है उस दा, जिन्ने चिर मिलिया नहीं उन्ने चिर तक सुख दी कल्पना जुड़ी हुई है, मिल गया सुख ने, बल्कि कई दफा दुख मिलता। गुरु तेग बहादुर साहब जी कहते हैं सुख के हेत बहुत दुख पावत, सेव करत जन जन के द्वारे द्वार, स्वान ज्यो डोलत नै सुध राम भजन के, मानस जन्म अकारत खोवत लाज ना लोक हसन की, नानक हर जस क्यों नहीं गावत कुमरत बिनासे तन की। किड़े चक्कर च पिया, सुख किधरों भी नहीं मिलेगा, तेरी लोड़ां दी पूर्ति हो सकती है। मित्र मिल सकता है, तेरी लोड़ां दी पूर्ति हो सकती है। पत्नी मिल गई है, पति मिल गया, कोई लोड़ां दी पूर्ति हो सकती है। पुत्र मिल गया, धन संपदा मिल गई है, लोड़ां दी पूर्ति हो सकती है, सुख नहीं मिल सकता। नहीं तो हर पुत्र वाला सुखी होवे, हर मित्रां वाला मनुख सुखी होवे, हर पत्नी वाला या हर पत्नी पति वाली सुखी होनी चाहिए, जगत दे सुख नहीं दिखाई देता। जिन्ने चिर तक सुख, जिन्ने चिर तक मिलिया नहीं, जिदी मंग की जा रही है, मनुख ने सुख निरूपण किया होया है, मिलदे सुख ने लोड़ा की पूर्ति होती, फिर सुख कितों मिलेगा? गुरु अर्जन देव जी महाराज इस श्लोक दे दसते हैं, बचन साध सुख बनता लहंता बढ़कर मन। गुरु दा वचन, परम पुरख दा वचन सुख दा मार्ग है, यही सुख दा रस्ता है। ये वचन ही सुख नाल जोड़दा है, ये बोल ही सुख दी प्राप्ति करा देंदे ने। पर लहंता बड़ करमण है, जैसे गुरु अर्जन देव जी महाराज कहते ने, दानंग परा पूर्वेण भुजंते मही पते। पूर्वला कीता होया दान, पूर्व तो मुराद है हुण तो पहले, कल भी पूर्व है, एक साल पहले भी पूर्व है, दस साल पहले भी पूर्व है, एक जन्म पहले भी पूर्व है। बीजे हुए बीज फल तक अपने लिए समा ते पंथ चाहते ना। दानंग परा पूर्वेण भुजंते मही पते, एक थोड़ी मेहनत करता है बहुत धन मिल जाता है,
ਇੱਕ ਖੂਨ ਪਸੀਨਾ ਇੱਕ ਕਰ ਦਿੰਦਾ ਹੈ ਤਾਂ ਵੀ ਇਤਨਾ ਨਹੀਂ ਪ੍ਰਾਪਤ ਹੁੰਦਾ। ਕਈ ਕੋਟ ਘਾਲੇ ਥੱਕ ਪਾਏ, ਕਈ ਕੋਟ ਬੈਠਤ ਹੀ ਖਾਏ। ਇੱਕ ਨੇ ਥੋੜ੍ਹੀ ਮਿਹਨਤ ਕੀਤੀ, ਭਾਗ ਬਹੁਤਾ ਲੱਗਿਆ। ਇੱਕ ਨੇ ਬਥੇਰੀ ਟੱਕਰਾਂ ਮਾਰੀਆਂ ਅਤੇ ਕੁਛ ਵੀ ਨਹੀਂ ਇਤਨਾ। ਪਤਾ ਹੈ ਕਿਉਂ? ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਨੰਗ ਪਰਾ ਪੁਰਬੈਣ, ਇਹ ਪੁਰਬਲਾ ਕੀਤਾ ਹੋਇਆ ਦਾਨ ਸੀ, ਧਨ ਦਾਨ ਕੀਤਾ ਸੀ, ਧਨ ਮਿਲ ਗਿਆ। ਔਰ ਜੇ ਪ੍ਰਭੂ ਦਾ ਨਾਮ ਜਪਿਆ ਤਾਂ ਫਿਰ ਸਭ ਕੁਛ ਮਿਲ ਜਾਂਦਾ। ਦਾਨੀ ਨੂੰ ਕੇਵਲ ਧਨ ਹੀ ਮਿਲੇਗਾ, ਬਹੁਤਾ ਧਨਾੜ ਹੋ ਗਿਆ, ਥੋੜ੍ਹੀ ਮਿਹਨਤ ਕਰਦਾ ਬਹੁਤਾ ਕੁਝ ਮਿਲ ਜਾਂਦਾ, ਲੇਕਿਨ ਸੁੱਖ ਤਾਂ ਨਹੀਂ ਮਿਲੇਗਾ। ਲੋੜਾਂ ਦੀ ਪੂਰਤੀ ਹੋ ਜਾਏਗੀ ਜਰਾ ਢੰਗ ਨਾਲ ਹੋ ਜਾਏਗੀ। ਅਗਰ ਵਾਕਈ ਧਨ ਤੋਂ ਹੀ ਸੁੱਖ ਮਿਲਦਾ ਹੈ ਫਿਰ ਧਰਮ ਮੰਦਰਾਂ ਦੀ ਲੋੜ ਨਹੀਂ ਸੀ, ਇਬਾਦਤ ਦੀ ਲੋੜ ਨਹੀਂ ਸੀ, ਹਰ ਧਨਵਾਨ ਸੁਖੀ ਚਾਹੀਦਾ ਸੀ। ਪਰ ਧਨ ਵੀ ਮਿਲਦਾ ਹੈ, ਦਾਨ ਕਰਨ ਨਾਲ ਮਹਾ ਆਨੰਦ ਅਤੇ ਰਸ ਮਿਲਦਾ ਹੈ ਨਾਮ ਜਪਣ ਨਾਲ। ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਹੈ ਕੋਈ ਉੱਚੀ ਪ੍ਰਾਲਬਧ ਹੋਵੇ, ਕੋਈ ਪੁਰਬਲਾ ਬੀਜੇ ਹੋਇਆ ਬੀਜ ਹੋਵੇ। ਇਹਨਾਂ ਬਚਨਾਂ ਦੀ ਸ਼ਰਧਾ ਪੈਦਾ ਹੁੰਦੀ ਹੈ, ਬਚਨ ਸੁਣਨ ਨੂੰ ਮਿਲਦੇ। ਜ਼ਰੂਰ ਕੋਈ ਤੁਹਾਡੇ ਪੁਰਬਲੇ ਬੀਜੇ ਹੋਏ ਬੀਜ ਨੇ, ਤੁਸੀਂ ਸਤਸੰਗ ਦਾ ਪਿਆਸ ਰੱਖਦੇ ਹੋ, ਤੜਪ ਰੱਖਦੇ ਹੋ, ਇਹ ਪੁਰਬਲੇ ਬੀਜਾਂ ਤੋਂ ਬਿਨਾਂ ਨਹੀਂ ਆਉਂਦੀ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰ ਮਨ ਕੇ ਕਰਮਾ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈ। ਕੱਲ੍ਹ ਦਾ ਕੁਝ ਬੀਜਿਆ ਹੋਇਆ, ਕੁਝ ਥੋੜ੍ਹਾ ਬਹੁਤ ਕੀਤਾ ਹੈ, ਸਤਸੰਗ ਨਸੀਬ ਹੋਵੇਗਾ। ਬਚਨ ਸਾਧ ਸੁਖ ਪੰਥਾ ਲਹੰਤਾ ਵਡ ਕਰਮਣੇ ਰਹੰਤਾ ਜਨਮ ਮਰਣੇ ਨਾਨਕ ਹਰ ਬਾਣੇ ਪਰਹਾਰਣ। ਉਹ ਜਨਮ ਮਰਨ ਤੋਂ ਰਹਿਤ ਹੋ ਜਾਏਗਾ, ਹਰੀ ਦੇ ਬਾਣ ਨਾਲ ਪ੍ਰਭੂ ਦੇ ਨਾਮ ਜਪਦਿਆਂ ਜਪਦਿਆਂ ਜਨਮ ਮਰਨ ਦੇ ਦੁੱਖ ਨੂੰ ਮਿਟਾ ਦੇਗਾ, ਨਾਸ ਕਰ ਦੇਗਾ। ਅਗਲਾ ਸਲੋਕ ਸਰਵਨ ਕਰ ਲਓ, ਕਿਉਂਕਿ ਦੋ ਤਿੰਨ ਦਿਨ ਰਹਿੰਦੇ ਨੇ ਤਾਂ ਮੈਂ ਚਾਹੁੰਦਾ ਗਾਥਾ ਨਾਮਕ ਬਾਣੀ ਪੂਰੀ ਕਰਦਾ। ਇੱਕ ਇੱਕ ਸਲੋਕ ਬੜਾ ਕੀਮਤੀ ਹੈ, ਇੱਕ ਇੱਕ ਸਲੋਕ ਦੇ ਵਿੱਚ ਬੜੀ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ। ਅਗਲਾ ਸਰਵਨ ਕਰੋ ਹਾਂ ਜੀ। ਪੱਤਰ ਬੁਰਜੇਣ ਜੜੀਅੰਗ ਨੈ ਜੜੀਅੰਗ ਪੇੜ ਸੰਪਤਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜੋਨ ਬਾਸਰੋ ਰੈਣੀ। ਪਤਝੜ ਦੀ ਰੁੱਤ ਦੇ ਵਿੱਚ ਧੰਨ ਗੁਰਦੇਵ ਜੀ ਮਹਾਰਾਜ ਉਦਾਹਰਣ ਦਿੰਦੇ ਨੇ, ਪਤਝੜ ਦੀ ਰੁੱਤ ਜਦ ਦਰਖਤਾਂ ਦੇ ਪੱਤੇ ਜੜਦੇ ਨੇ ਉਹਨੂੰ ਮੌਸਮੇ ਖਿਜ਼ਾਂ ਵੀ ਕਹਿੰਦੇ ਨੇ। ਭਾਰਤ ਦੇਸ਼ 'ਤੇ ਹਰ ਦੋ ਮਹੀਨਿਆਂ ਬਾਅਦ ਰੁੱਤ ਬਦਲਦੀ ਹੈ, 6 ਰੁੱਤਾਂ ਆਉਂਦੀਆਂ ਨੇ, ਉਹਨਾਂ ਵਿੱਚ ਇੱਕ ਰੁੱਤ ਪਤਝੜ ਦੀ, ਮੌਸਮੇ ਖਿਜ਼ਾਂ। ਦਰਖਤਾਂ ਦੇ ਸਾਰੇ ਪੱਤੇ ਜੜਦੇ ਨੇ, ਉਦਾਹਰਣ ਦੇ ਰਹੇ ਨੇ ਮੇਰੇ ਪਾਤਸ਼ਾਹ। ਪੱਤਰ ਬੁਰਜੇਣ ਜਦ ਪਤਝੜ ਦੀ ਰੁੱਤ ਆਉਂਦੀ ਹੈ ਅਤੇ ਦਰਖਤਾਂ ਤੋਂ ਪੱਤੇ ਝੜਦੇ ਨੇ, ਪੱਤਰ ਬੁਰਜੇਣ ਝੜੀਆਂ ਨਹਿ ਜੜੀਆਂ ਫਿਰ ਨਹੀਂ ਜੁੜਦੇ। ਲੱਖ ਵੀ ਕੋਸ਼ਿਸ਼ ਕਰੀਏ ਉਸ ਪੱਤੇ ਨੂੰ ਜੋੜਨ ਦੀ, ਨਹੀਂ ਜੁੜਦਾ। ਇੱਕ ਛੋਟੀ ਗਾਥਾ ਵੀ ਮੈਨੂੰ ਯਾਦ ਆਈ, ਮਹਾਤਮਾ ਬੁੱਧ ਦੇ ਸਮੇਂ ਇੱਕ ਬੜਾ ਪ੍ਰਬਲ ਕਾਤਲ ਹੋਇਆ, ਉਹਦਾ ਨਾਂ ਉਂਗਲੀ ਮਾਲ ਪੈ ਗਿਆ ਸੀ। ਪਤਾ ਹੈ ਕਿਉਂ? ਉਹਨੇ ਕਿਹਾ ਸੀ ਜਿੰਨੇ ਚਿਰ ਤੱਕ ਹਜ਼ਾਰ ਉਂਗਲੀਆਂ ਦੀ ਮਾਲਾ ਮੈਂ ਗਲ ਵਿੱਚ ਨਹੀਂ ਪਾਉਣੀ ਮੈਂ ਚੈਨ ਨਾਲ ਨਹੀਂ ਬੈਠਾਂਗਾ।